द हिंदू कोऑपरेटिव बैंक से करोड़ों के लोन लेकर वापस न करने वाले रसूखदार लोग अब बख्शे नहीं जाएंगे। उन पर दर्ज मामले में धारा 420 भी जोड़ दी जाएगी। अगले कुछ दिनों में कुछ गिरफ्तारियां भी की जाएंगी, फिर चाहे वह डिफॉल्टर कोई पूर्व मंत्री हो या फिर बड़ा उद्योगपति। ये बात शनिवार को पठानकोट पहुंचे सहकारिता मंत्री सुखजिंदर सिंह रंधावा ने कही। हालांकि उन्होंने बैंक को मर्ज किए जाने की बात को अभी विचाराधीन ही बताया। बता दें कि द हिंदू कोऑपरेटिव बैंक करीब 80 करोड़ रुपए के एनपीए का दंश झेल रहा है, जिसमें कई बड़ी हस्तियों ने बैंक से लोन लेकर पैसे वापस नहीं किए। डिफॉल्टरों की लिस्ट में कांग्रेस के पूर्व मंत्री के साथ साथ भाजपा के कई बड़े नेता और कई उद्योगपति भी शामिल हैं। आर्थिक संकट में जा पहुंचा द हिंदू कोऑपरेटिव बैंक को दोबारा पटरी पर लाने की उम्मीद के साथ शनिवार को सहकारिता मंत्री सुखजिंदर सिंह रंधावे ने स्थानीय निजी होटल में एक मीटिंग बैंक अधिकारियों, विधायक अमित विज व अन्यों के साथ की। इस दौरान उन्होंने कहा कि 80 करोड़ के एनपीए से करीब 39 करोड़ रिकवर कर लिया गया है। उन्होंने कहा कि कुछ डिफॉल्टरों ने हाईकोर्ट में याचिका दी है, जहां उन्हें राहत नहीं मिली है। बैंक द्वारा वकील हायर करके केस लड़ा जाएगा और कोर्ट के फैसले के बाद कड़ा एक्शन लिया जाएगा। इहदे च एमएलए साहब ने जिहड़े असेंबली दे विच क्वेश्चन कीता सी और उत्थे इन्हां ने अश्योरेंस मंगी सी कि तुसीं कदों पठानकोट उस बैंक दी जिहड़ी आ सारा वेखण आओगे। ਅੱਜ ਸਾਰੇ ਆਰਸੀਐਸ ਸਾਹਿਬ, ਐਮਡੀ ਸਾਹਿਬ ਅਤੇ ਡੀਸੀ ਸਾਹਿਬ ਜਿਹੜੇ ਇੱਥੋਂ ਦੇ ਹੁਣ ਐਡਮਿਨਿਸਟ੍ਰੇਟਰ ਲੱਗੇ ਨੇ, ਐਸਐਸਪੀ ਸਾਹਿਬ ਨੂੰ ਨਾਲ ਹੀ ਬਿਠਾਇਆ ਸੀ, ਅਤੇ ਪੂਰੇ ਬੈਂਕ ਦੀ ਟੀਮ ਜਿਹੜੀ ਆ ਉਹਨਾਂ ਨੂੰ ਕਰਕੇ ਅਸੀਂ ਇੱਕ ਇੱਕ ਜਿਹੜਾ ਪੁਆਇੰਟ ਹੈ ਇਹਨੂੰ ਡਿਸਕਸ ਕੀਤਾ। ਔਰ ਉਹਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਆ ਰਹੀ ਹੈ ਕਿ 142 ਇੰਪਲੋਈਜ਼ ਨੇ ਇੱਥੇ, ਪਹਿਲਾਂ 176 ਸੀਗੇ, ਉਹਨਾਂ ਦੇ ਵਿੱਚੋਂ ਅਸੀਂ 25 ਜਿਹੜੇ ਆਦਮੀ ਨੇ ਉਹ ਪਹਿਲਾਂ ਡੈਪੂਟੇਸ਼ਨ 'ਤੇ ਭੇਜ ਦਿੱਤੇ ਨੇ। ਹੁਣ ਜਿਹੜੀ ਸਾਡੀ ਆ ਰਹੀ ਹੈ ਕਿ 70 ਜਿਹੜੇ ਉਹ ਕਹਿੰਦੇ ਕਿ ਤੁਸੀਂ 70 ਜਿਹੜੇ ਉੱਥੋਂ ਤੱਕ ਤੁਸੀਂ ਰੱਖ ਸਕਦੇ ਹੋ ਇੰਪਲਾਈਜ਼, ਅਤੇ ਉਹਦੇ ਤੋਂ ਜਿਹੜੇ ਉੱਪਰ ਨੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਪ੍ਰੀ ਮਚੋਰ ਕਰੀਏ ਜਾਂ ਉਹਨਾਂ 'ਤੇ ਕੋਈ ਐਕਸ਼ਨ ਕਰੀਏ। ਉਹਨਾਂ ਨੂੰ ਅਸੀਂ ਜਿਹੜੇ ਡੈਪੂਟੇਸ਼ਨ 'ਤੇ ਜਿਹੜੇ ਬਣਦੇ ਨੇ ਕੋਈ 72 ਜਾਂ ਜਿੰਨੇ ਵੀ ਨੇ, ਉਹਨਾਂ ਨੂੰ ਅਸੀਂ ਵੱਖ ਵੱਖ ਡਿਸਟ੍ਰਿਕਟ ਜਿੱਥੇ ਜਿੱਥੇ ਕੋਆਪਰੇਟਿਵ ਬੈਂਕਾਂ ਦੇ ਵਿੱਚ ਡਿਮਾਂਡ ਹੋਏਗੀ ਉਹਨਾਂ 'ਚ ਉਹਨਾਂ ਨੂੰ ਡੈਪੂਟੇਸ਼ਨ 'ਤੇ ਅਸੀਂ ਭੇਜਾਂਗੇ। ਦੂਸਰੀ ਚੀਜ਼ ਇੱਥੇ ਜਿਹੜੀ ਕੋਸ਼ ਵਿੱਚੋਂ ਇਹੋ ਜਿਹੇ ਆਦਮੀ ਨੇ ਜਿਹੜੇ ਵਿਲਫੁਲ ਡਿਫਾਲਟਰ ਨੇ, ਵਿਲਫੁਲ ਦਾ ਮਤਲਬ ਕਿ ਜਾਣ ਬੁੱਝ ਕੇ ਉਹ ਆਪਣਾ ਡਿਫਾਲਟ ਨਹੀਂ ਕਲੀਅਰ ਕਰਨਾ ਚਾਹੁੰਦੇ, ਕਦੀ ਹਾਈਕੋਰਟ ਚਲੇ ਜਾਂਦੇ ਆ, ਲੋਅਰ ਕੋਰਟ ਚਲੇ ਜਾਂਦੇ ਜਾਂ ਕੋਈ ਇਹੋ ਜਿਹੇ ਕਰ ਰਹੇ ਨੇ, ਉਹਨਾਂ ਦੇ ਉੱਪਰ ਵੀ ਅਸੀਂ ਬੜਾ ਸਟ੍ਰਿਕਟ ਐਕਸ਼ਨ ਜਿਹੜਾ ਉਹ ਕਰ ਰਹੇ ਹਾਂ। ਔਰ ਡੀ ਸੀ ਸਾਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਦੇ ਮੰਡੇ ਤੋਂ ਉਹਨਾਂ ਦੇ ਅਗੇਂਸਟ ਜਿਹੜੀ ਲੀਗਲ ਐਕਸ਼ਨ ਆ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀ ਜਿੱਥੇ ਜਿੱਥੇ ਪਈਆਂ ਜਾਂ ਉਹਨਾਂ ਨੇ ਗਲਤ ਪਲੈਜ ਕੀਤੀਆਂ ਨੇ ਜਾਂ ਉਹ ਜਿਹੜੀਆਂ ਜਿਵੇਂ ਸੀ ਓ ਸਾਹਿਬ ਦੱਸ ਰਹੇ ਨੇ ਕਿ ਕਈ ਪ੍ਰੋਪਰਟੀਜ਼ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਦਾ ਕੋਈ ਰਿਕਾਰਡ ਹੀ ਹੈ ਨਹੀਂ, ਅਤੇ ਉਹ ਬੈਂਕ ਦੇ ਵਿੱਚ ਉਸ ਟਾਈਮ ਦੇ ਜਿਹੜੇ ਔਫੀਸਰਸ ਨੇ ਉਹਨਾਂ ਨੂੰ ਕੀਤਾ ਉਹਦਾ, ਔਰ ਜਿਹੜੀਆਂ ਪ੍ਰੋਪਰਟੀਜ਼ ਨੇ ਜਾਂ ਕੋਈ ਇਹੋ ਜਿਹੇ ਬੰਦੇ ਨੇ ਆਰਮੀ ਨੇ ਜਿਨ੍ਹਾਂ ਦੇ ਨਾਂ ਰਹੇ ਜਿਹੜੇ ਐਗਜਿਸਟ ਹੀ ਨਹੀਂ ਕਰ ਰਹੇ, ਕਿਤੇ ਲੱਭ ਹੀ ਨਹੀਂ ਰਹੇ, ਉਹ ਸਾਰੀਆਂ ਚੀਜ਼ਾਂ ਦਾ ਕਰਕੇ ਅਸੀਂ ਇਮੀਡੀਏਟਲੀ ਇਸੇ ਕਰਕੇ ਬੈਠੇ ਸੀਗੇ ਕਿ ਇਹਨਾਂ ਸਾਰਿਆਂ ਦਾ ਮੰਡੇ ਤੱਕ ਉਹਨੂੰ ਕੀਤਾ ਜਾਏਗਾ। ਜਿਹੜੇ ਡੈਪੂਟੇਸ਼ਨ ਜਾਣਗੇ ਉਹ ਆਰਸੀਐਸ ਸਾਹਿਬ ਨੇ, ਵਿਕਾਸ ਗਰਗ ਜੀ ਨੇ ਕਹਿ ਦਿੱਤਾ ਕਿ ਤੁਸੀਂ ਮੈਨੂੰ ਭਾਈ ਈਮੇਲ ਕਰੋ ਅਤੇ ਉਹਦੇ 'ਤੇ ਮੈਂ ਤੁਹਾਨੂੰ ਆਰਡਰ ਕਰ ਦਿਆਂਗਾ, ਉਹ ਅਸੀਂ ਇਮੀਡੀਏਟਲੀ ਕਰ ਦਈਏ, ਤਾਂ ਕਿ ਜਿਹੜੇ ਇੱਥੇ ਜਿਹੜਾ 80,000 ਡਿਪੋਜ਼ਿਟਰ ਆ ਉਹ ਇਸ ਵੇਲੇ ਇਨਸਿਕਿਓਰ ਬੈਠਾ, ਉਹਨਾਂ ਦੇ ਓਬਵੀਅਸਲੀ ਉਹਨਾਂ ਨੂੰ ਬੈਠਣਾ ਵੀ ਪੈਣਾ, ਕਿਉਂਕਿ ਜਿਵੇਂ ਯੈਸ ਬੈਂਕ ਵਰਗੇ ਜਾਂ ਹੋਰ ਕੋਈ ਜਿਹੜਾ ਮਹਾਰਾਸ਼ਟਰਾ ਪੰਜਾਬ ਬੈਂਕ ਆ ਉਹਨਾਂ ਦੇ ਉੱਤੇ ਜੇ ਇਹੋ ਜਿਹੀ ਚੀਜ਼ ਆ ਸਕਦੀ, ਤਾਂ ਇਹ ਤਾਂ ਬੜਾ ਛੋਟਾ ਜਿਹਾ ਸ਼ਹਿਰ ਆ ਅਤੇ ਔਰ ਛੋਟਾ ਬੈਂਕ ਆ, ਅਤੇ ਉਹਨਾਂ ਲੋਕਾਂ ਦੀ ਵੀ ਬੜੀ ਵੱਡੀ, ਪਰ ਉਹਦੇ 'ਚ ਮੈਂ ਨਹੀਂ ਚਾਹਾਂਗਾ ਕਿ ਇਹ ਪਠਾਨਕੋਟ ਦੇ ਜਿਹੜੇ ਕਿ ਉਹਦੇ 'ਚ ਬਹੁਤ ਕੋਈ ਅਮੀਰ ਆਦਮੀ ਨਹੀਂ, ਅਮੀਰ ਆਦਮੀਆਂ ਦੇ ਤਾਂ ਲੁੱਟ ਕੇ ਲੈ ਗਏ, ਸਿਰਫ ਇੱਕੋ ਹੀ ਸਾਡੇ ਕੋਲ ਆਏ ਮਹਾਜਨ ਸਾਹਿਬ, ਇੱਕੋ ਹੀ ਸਾਡੇ ਕੋਲ ਮਹਾਜਨ ਸਾਹਿਬ ਆਏ ਜਿਨ੍ਹਾਂ ਨੇ ਦੇ ਕੇ ਫਿਰ ਬਾਅਦ 'ਚ ਕਹਿ ਕੇ ਮੈਂ ਤੁਹਾਡੇ ਨਾਲ ਸਾਫ਼ ਕਰਾਂਗਾ। ਜੇ ਇੱਦਾਂ ਬੈਂਕ ਨੂੰ ਆਪਾਂ ਚਲਾਉਂਦੇ ਤਾਂ ਮੇਰਾ ਖਿਆਲ ਇਹ ਬੈਂਕ ਸਭ ਤੋਂ ਪੁਰਾਣਾ ਬੈਂਕ ਹੈ ਪੰਜਾਬ, ਜਿਹੜਾ ਹਿੰਦੂ ਕੋਆਪਰੇਟਿਵ ਬੈਂਕ ਹੈ, ਅਤੇ ਇਹ ਫੇਲ ਨਾ ਹੁੰਦਾ, ਅਤੇ ਇਹਦੇ ਲਈ ਅਸੀਂ ਵਿਦ ਇਨ ਫਿਊ ਡੇਜ਼ ਇਹ ਬੈਂਕ ਪੈਰਾਂ 'ਤੇ ਖੜ੍ਹਾ ਕਰਕੇ, ਜਿਹੜੀ ਲੋਕਾਂ ਦੀ ਲਿਮਿਟ ਵੀ ਆ ਜਿਹੜੀ 25,000 ਉਹ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇਨਕਰੀਜ਼ ਕਰੋ। ਪਰ ਉਹਨਾਂ ਦੋ ਤਿੰਨ ਚੀਜ਼ਾਂ ਸਾਡੇ 'ਤੇ ਜਿਹੜੀਆਂ ਲਾਈਆਂ, ਅਸੀਂ 31 ਮਾਰਚ ਤੋਂ ਪਹਿਲਾਂ ਉਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਪੂਰੀਆਂ ਕਰਕੇ ਅਸੀਂ ਲਿਮਿਟ ਜਿਹੜੀ ਹੈ ਇਹਨੂੰ ਵੀ ਇਨਕਰੀਜ਼ ਕਰਾਂਗੇ। ਇਹਦੇ 'ਚ ਇਹ ਚੀਜ਼ ਹੈ ਕਿ ਇਸ ਬੈਂਕ ਦੀ ਫਿਕਸ ਜਿਹੜੀ ਹੈਗੀ ਆ ਲਾਇਬਿਲਿਟੀ, ਇਹਨਾਂ ਦੀ ਲਾਇਬਿਲਿਟੀ ਬਹੁਤ ਜ਼ਿਆਦਾ, ਉਹਨੂੰ ਕੋਈ ਵੀ ਬੈਂਕ ਜਾਂ ਗਵਰਨਮੈਂਟ ਜਾਂ ਕੋਈ ਜਿਹੜੇ ਉਹ ਇੱਕਦਮ ਉਹਨੂੰ ਬੀਅਰ ਨਹੀਂ ਕਰ ਸਕਦੇ, ਆਰ ਬੀ ਆਈ ਵੀ ਨਹੀਂ ਸਾਨੂੰ ਪਰਮਿਟ ਕਰੇਗੀ। ਉਹਨਾਂ ਨੂੰ ਅਸੀਂ ਪਿੱਛੇ ਕੀਤਾ ਸੀ ਕਿ ਅਸੀਂ ਕੋਆਪਰੇਟ ਬੈਂਕ ਵੱਲੋਂ ਉੱਥੇ ਕੋਈ ਡਿਪੋਜ਼ਿਟ ਦੇ ਸਕਦੇ, ਉਹਨਾਂ ਨੇ ਉਹਨੂੰ ਸਾਨੂੰ ਕਰ ਦਿੱਤਾ। ਹੁਣ ਜਿਵੇਂ ਇੱਥੇ ਸਾਡੇ ਗਵਰਨਮੈਂਟ ਦੇ
ਕਾਫੀ ਪੈਸੇ ਨੇ ਜਿਹੜੇ ਅਸੀਂ ਇਸ ਬੈਂਕ ਦੇ ਵਿੱਚ ਡਿਪੋਜ਼ਿਟ ਕਰ ਸਕਦੇ ਹਾਂ, ਜਿਵੇਂ ਤੁਹਾਡੀ ਕਾਰਪੋਰੇਸ਼ਨ ਆ ਜਾਂ ਦੂਸਰੀ ਪੰਚਾਇਤਾਂ ਦੇ ਪੈਸੇ ਨੇ, ਉਹ ਅਸੀਂ ਇਹਨਾਂ 'ਚ ਕਰ ਸਕਦੇ, ਪਰ ਉਹਨਾਂ ਨੂੰ ਵਿਦਡਰੋਲ ਕਿਵੇਂ ਕਰਾਂਗੇ? ਅਸੀਂ ਵਿਦਡਰੋਲ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਇਹਨੂੰ ਸਾਨੂੰ ਐਨਪੀਐਸ ਬਾਹਰ ਕੱਢ ਕੇ ਲਿਮਿਟ ਇਹਦੀ ਵਧਾ ਕੇ ਉਹ ਅਸੀਂ ਕਰਾਂਗੇ। ਬੈਂਕ ਬਿਲਕੁਲ, ਇੱਕ ਮੈਂ ਅਸ਼ੋਰੈਂਸ ਦੇ ਚੱਲਿਆ ਕਿ ਇਹ ਬੈਂਕ ਬਿਲਕੁਲ ਫੇਲ ਨਹੀਂ ਹੋਏਗਾ। ਅਸੀਂ ਮਾਰਚ ਤੋਂ ਬਾਅਦ ਇਹਦਾ ਸਟਰਕਚਰ ਜਿਹੜਾ ਪੂਰਾ ਖੜ੍ਹਾ ਕਰਕੇ ਇਹਨੂੰ ਮਰਜ ਕਰਨਾ, ਕਿਵੇਂ ਕਰਨਾ, ਕੀ ਕਿੱਦਾਂ ਕਰਾਂਗੇ। ਪਰ ਨਾਲ ਹੀ ਤੁਹਾਡੇ ਰਾਹੀਂ ਮੈਂ ਇੱਥੋਂ ਦੇ ਲੋਕਾਂ ਨੂੰ ਵੀ ਰਿਕੁਐਸਟ ਕਰਨੀ ਚਾਹੁੰਦਾ ਕਿ ਤੁਸੀਂ ਜਿਹੜੇ FD ਇਹਨਾਂ ਦੀ ਹੋਈਆਂ ਸੀ ਉਹਨਾਂ ਨੂੰ ਉਹਦੇ 'ਚ ਕਰੰਟ ਅਕਾਊਂਟ 'ਚ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ, ਅਤੇ ਉਹਦੇ 'ਚ ਵੀ RBI ਵੀ ਡਰੀ ਆ, ਅਤੇ ਅਸੀਂ ਵੀ ਆ ਕਿ ਜੇ ਇਮੀਡੀਏਟਲੀ ਲੋਕਾਂ ਪੈਸੇ ਹੀ ਕੱਢ ਲਿਆ ਅਤੇ ਬੈਂਕ ਕਿੱਥੋਂ ਐਗਜਿਸਟ ਕਰੇਗਾ, ਖਤਮ ਹੀ ਹੋ ਜਾਏਗਾ ਕੰਮ, ਅਤੇ ਉਹਨੂੰ ਇਹਨਾਂ ਦੀ ਲਾਇਬਿਲਿਟੀ ਜਿਹੜੀ ਆ ਉਹਨੂੰ ਕੌਣ ਚੱਕੇਗਾ? ਨਾ ਗੌਰਮੈਂਟ ਚੱਕ ਸਕਦੀ ਹੈ ਅਤੇ ਨਾ ਹੁਣ ਉਹ ਕਰ ਸਕਦੇ ਨੇ। ਇਹ ਜਿਹੜੇ ਗਾਈਡਲਾਈਨਸ ਨੇ ਇਹ RBI ਦੇ ਅਕੋਰਡਿੰਗਲੀ ਸਾਨੂੰ ਚੱਲਣਾ ਪੈਂਦਾ। ਇਹਦੇ 'ਚ ਅਸੀਂ ਜੇ ਉਹਨਾਂ ਕਹਿੰਦੇ ਕਿ ਅਸੀਂ ਇਹਨਾਂ ਨੂੰ ਜ਼ਰੂਰ ਹੈ ਕਿ ਜੇ ਸਾਡੀਆਂ ਜੋ ਅਸੀਂ ਫੁਲਫਿਲ ਕਰ ਜਾਂਦੇ ਹਾਂ ਗਾਈਡਲਾਈਨਸ ਜਿਹੜੀਆਂ ਉਹਨਾਂ ਨੇ ਕਹੀਆਂ, ਉਹਦੇ ਬਾਅਦ ਇਹਦਾ ਮਰਜ਼ਰ ਦਾ ਚੱਲੇਗਾ। ਕੋਰਟਸ ਵਿੱਚ ਆ ਜਾਂਦੀਆਂ ਨੇ, ਕੋਈ ਹੋਰ ਆ ਜਾਂਦੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਉਹ ਸਾਰੇ ਪ੍ਰੋਸੈਸ 'ਚੋਂ ਫੇਲ ਹੋ ਗਏ ਨੇ, ਅਤੇ ਹੁਣ ਜਿਹੜਾ ਸਾਡੇ ਲਈ ਰਸਤਾ ਜਿਹੜਾ ਬਿਲਕੁਲ ਕਲੀਅਰ ਹੋ ਗਿਆ, ਔਰ ਤੁਹਾਡੇ ਸਾਹਮਣੇ ਥੋੜ੍ਹੇ ਦਿਨਾਂ 'ਚ ਉਹਨਾਂ ਦੀ ਅਰੈਸਟ ਵੀ ਕੀਤੀ ਜਾਏਗੀ। ਰਿਕਵਰੀ ਸਾਡੀ ਕਾਫੀ ਹੋਈ ਹੈ ਜੀ, ਸਾਡੀ ਕੋਈ ਤਕਰੀਬਨ 30 ਕਰੋੜ ਦੀ ਜਿਹੜੀ ਰਿਕਵਰੀ ਆਈ ਹੈ, 38 ਕਰੋੜ ਦੀ ਆਈ ਹੈ। 80 ਸੀਗੀ, 80 ਕਰੋੜ ਦਾ ਸੀਗਾ, ਅਤੇ 80 ਕਰੋੜ 'ਚੋਂ 38 ਕਰੋੜ ਦੀ ਸਾਡੀ ਰਿਕਵਰੀ ਹੋਈ ਆ। ਔਰ ਜਿਹੜਾ ਹੁਣ ਜੋ ਅਸੀਂ ਐਕਸ਼ਨ ਲੈਣ ਜਾ ਰਹੇ ਹਾਂ, ਅਸੀਂ ਹੁਣ ਬਹੁਤ ਹੀ ਸਖਤਾਈ ਕਰਨ ਲੱਗੇ ਹਾਂ ਕਿ ਪਹਿਲਾਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਰਿਕੁਐਸਟ ਨੂੰ ਨਹੀਂ ਉਹਨਾਂ ਮੰਨਿਆ, ਹੁਣ ਜਿਹੜੀ ਆ ਉਹਨਾਂ ਨੂੰ ਡੰਡੇ ਦੇ ਨਾਲ ਅਸੀਂ ਰਿਕਵਰੀ ਕਰਾਂਗੇ। ਜਿਹੜਾ ਵੀ ਅਜੇ ਐਕਸ ਐਜ ਏ ਪ੍ਰੈਜੈਂਟ ਅਜੇ ਸਾਰੇ ਆਉਣਗੇ, ਬਿਲਕੁਲ ਆਏ ਨੇ, ਉਹਨਾਂ ਨੇ ਕੋਰਟ 'ਚ ਗਏ ਨੇ, ਹੁਣ ਸਾਡੇ ਜਿਹੜੀ ਕੋਰਟ 'ਚ ਅਸੀਂ ਦੁਬਾਰਾ ਰਿਵਿਊ ਪਾ ਰਹੇ ਹਾਂ ਕਿ ਜਿਹੜੀ ਅਰਲੀ ਹੀਅਰਿੰਗ ਕਰੋ ਔਰ ਉੱਥੇ ਜਾ ਕੇ ਦੇਖ ਕੇ ਹਾਈਕੋਰਟ ਦੇ ਵਿੱਚ। ਵੇਖੋ ਜਿੱਥੇ ਕੋਰਟਸ ਆ ਜਾਂਦੀਆਂ ਨੇ ਉੱਥੇ ਸਰਕਾਰ ਦੇ ਵੀ ਹੱਥ ਵੱਜ ਜਾਂਦੇ ਨੇ, ਅਤੇ ਜਿਹੜੇ ਇਹੋ ਜਿਹੇ ਹੁੰਦੇ ਨੇ ਉਹਨਾਂ ਕੋਲ ਬੜੇ ਹੁੰਦੇ ਨੇ ਕਿ ਇਹ ਦੂਸਰੀ ਸਾਈਡ ਤੋਂ ਕਿਸੇ ਪਾਸਿਓਂ ਕਰ ਕਰਕੇ ਇਹ ਕੁਝ ਨਾ ਕੁਝ ਕਰ ਦਿੰਦੇ, ਪਰ ਅਜੇ ਤੱਕ ਉਹਨਾਂ ਨੂੰ ਹਾਈਕੋਰਟ 'ਚੋਂ ਵੀ ਜਿਹੜੀ ਆ ਰਿਲੀਫ ਨਹੀਂ ਮਿਲੀ, ਉੱਥੋਂ ਵਾਪਸ ਆਈ ਕਹਿੰਦੇ ਕੇਸ ਜਿਹੜੇ ਹੁਣ 1-2 ਮੇਰੇ ਹੈਗੇ ਆ, ਇਹਨਾਂ ਨੂੰ ਕਿਹਾ ਕਿ ਹੁਣ ਚੰਗਾ ਐਡਵੋਕੇਟ ਉੱਥੋਂ ਚੰਡੀਗੜ੍ਹੋਂ ਕਰੋ ਅਤੇ ਉਹਨਾਂ ਨੂੰ ਇਮੀਡੀਏਟਲੀ ਉਹ ਕੇਸ ਵਾਪਸ। ਇੱਕ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਬਾਗੜ ਬਿੱਲੇ ਆ ਛੱਡੇ ਨਹੀਂ ਜਾਣਗੇ, ਉਹਨਾਂ ਨੂੰ ਵੀ ਪਤਾ, ਉਹਨਾਂ ਕਈ ਵਾਰੀ ਟਾਈਮ ਮੰਗਿਆ। ਇਹ ਸਾਰੇ ਮੇਰੇ ਖਿਆਲ ਉਸ ਦਿਨ ਉੱਥੇ ਬੈਠੇ ਸੀ, ਮਹਾਜਨ ਸਾਹਿਬ ਤੁਹਾਡੇ ਰੈਸਟੋਰੈਂਟ 'ਚ ਹੀ ਬੈਠੇ ਸੀਗੇ, ਅਤੇ ਉੱਥੇ ਤੁਸੀਂ ਆਖਿਆ ਕਿ ਜਿਹੜੇ ਹੈਗੇ ਨੇ CA ਭੇਜੋ ਆਪਣਾ, ਅਤੇ ਉਸ ਦਿਨ ਵੀ ਉਹ ਮੀਟਿੰਗ 'ਚ ਨਹੀਂ ਪਹੁੰਚੋ, ਸਾਰਾ ਕੁਝ ਇਹ ਮਿਨਟਸ ਜਿਹੜੇ ਹੁੰਦੇ ਨੇ ਉਹਦੇ 'ਚ ਲਿਖਿਆ। ਔਰ ਹਾਈਕੋਰਟ 'ਚ ਕਰਾਂਗੇ ਕਿ ਇਹ ਬੰਦਿਆਂ ਨੂੰ ਅਸੀਂ ਟਾਈਮ, ਇਹ ਟਾਈਮ ਦੇ ਕੇ ਸਾਡੀਆਂ ਮੀਟਿੰਗਸ ਵਿੱਚ ਨਹੀਂ ਆਉਂਦੇ, ਅਤੇ ਇਹਨਾਂ ਦੇ ਜਿਹੜੀਆਂ ਕੋਈ ਸਟੇ ਮਿਲਿਆ ਜਾਂ ਕੁਝ ਕਿਤੇ ਇਮੀਡੀਏਟਲੀ ਇਹਨਾਂ ਨੂੰ ਡਿਸਮਿਸ ਕੀਤਾ ਜਾਏ ਅਤੇ ਸਾਨੂੰ ਰਿਕਵਰੀ ਕਰਨੀ। A school with a difference. Pratap World School with latest technology in teaching and learning. We focus on career academics, excellence and co-curricular activities. A world-class English medium co-educational residential cum day boarding school. Friendly environment, secure campus. Best hostel facilities like your home. Best school for your son and daughter. Admission open for all classes. Pratap World School, Defense Road, Pathankot. स्पीड नेशन का यूट्यूब चैनल सब्सक्राइब करें और बेल आइकन भी जरूर दबाइए ताकि पठानकोट से जुड़ा हर अपडेट आपको मिले सबसे पहले।